मेरा नाम नगेंद्र कुमार है, मैं बिहार का रहने वाला हूँ। मैं जोगिंद्रा कैंप में पता चला उसमें गया, उन्होंने मुझे राणा हॉस्पिटल दे दिया ऑपरेशन के। मेरा नाम परवीन कुमार है, मैं जम्मू कश्मीर का रहने वाला हूँ और यहाँ पे मैं जॉब करता हूँ। अभी ये जोगिंद्रा कास्टिंग जो का इनका कैंप लगा हुआ था मेडिकल कैंप, वहाँ पर मैंने अटेंड किया और वहाँ से मुझे भी प्रॉब्लम थी फाइल्स की, तो मैंने कार्ड लेके यहाँ से मैं राणा हॉस्पिटल में आके ऑपरेट कराया। मेरा जो भी ऑपरेशन हुआ फ्री हो गया, कोई भी इसमें पैसा नहीं रहे, पैसा नहीं लगा है। मैंने पता लग गया सी राणा हॉस्पिटल जोगिंद्रा वाले ने कैंप लगवाया है, तो उसके विच मेरा फ्री इलाज होया, फ्री ऑपरेशन होया जी। जोगिंद्रा कैंप लग्या सीगा गोविंदगढ़, उत्थे मैं गया सी, उन्होंने मेरा फ्री इलाज करन लई मैनूं राणा हॉस्पिटल ते भेजिया, ते मेरा उहदा फ्री इलाज होया जी, ते बहुत वधिया इलाज होया। मेरा ऑपरेशन होया राणा हॉस्पिटल, सब कुछ फ्री होया। आगे और चेक करा के और राणा अस्पताल में आए और वहाँ पर ऑपरेशन हमको सही तरह हो गया जोगिंदर जी के माध्यम से, कोई दिक्कत और ऑपरेशन है वो भी बिल्कुल फ्री हो गया, कोई पैसा नहीं लगा। ਅਸੀਂ ਉਹਨਾਂ 'ਚ ਗਏ ਸੀ, ਮੈਂ ਧੰਨਵਾਦ ਕਰਦੀ ਹਾਂ ਉਹਨਾਂ ਦੇ ਕੈਂਪ ਵਾਲਿਆਂ ਦਾ ਅਤੇ ਰਾਣਾ ਹੋਸਪਿਟਲ ਵਾਲਿਆਂ ਦਾ, ਸਾਡਾ ਉਹਨਾਂ ਨੇ ਫ੍ਰੀ ਇਲਾਜ ਕੀਤਾ। ਮੰਡੀ ਗੋਬਿੰਦਗੜ੍ਹ ਜਿਹੜਾ ਕੈਂਪ ਲੱਗਾ ਸੀ ਉਹਨਾਂ ਨੇ ਸਾਨੂੰ ਰਾਣਾ ਹੋਸਪਿਟਲ ਭੇਜਿਆ ਅਤੇ ਅਸੀਂ ਉੱਥੋਂ ਓਪਰੇਸ਼ਨ ਕਰਾਇਆ, ਸਾਡਾ ਕੋਈ ਪੈਸਾ ਨਹੀਂ ਲੱਗਾ, ਬਿਲਕੁਲ ਓਪਰੇਸ਼ਨ ਫ੍ਰੀ ਹੋਇਆ। ਇੱਥੇ ਮੇਰਾ ਓਪਰੇਸ਼ਨ ਫ੍ਰੀ ਹੋ ਗਿਆ, ਮੇਰੇ ਟੈਸਟ ਫ੍ਰੀ ਹੋ ਗਏ, ਹੁਣ ਮੈਂ ਘਰ ਜਾ ਰਿਹਾ ਅਤੇ ਅਸੀਂ ਆਪਣਾ ਓਪਰੇਸ਼ਨ ਕਰਾ ਕੇ ਜਾ ਰਹੇ ਰਾਣਾ ਹੋਸਪਿਟਲ ਤੋਂ। ਓਪਰੇਸ਼ਨ ਫ੍ਰੀ ਹੋਇਆ, ਦਵਾਈਆਂ ਵੀ ਸਭ ਫ੍ਰੀ ਹੈ। ਉਹਨਾਂ ਨੇ ਮੈਨੂੰ ਬਾਬਾ ਸਿੰਘ ਦੇ ਓਪਰੇਸ਼ਨ ਵਾਸਤੇ ਰਾਣਾ ਹੋਸਪਿਟਲ ਭੇਜਿਆ, ਇੱਥੇ ਮੇਰਾ ਦਵਾਈਆਂ ਟੈਸਟ ਸਾਰਾ। ਹਾਂਜੀ, ਰਾਣਾ ਹਸਪਤਾਲ 'ਚ ਮੇਰਾ ਬਾਬਾ ਸਿੰਘ ਦਾ ਜੀ ਓਪਰੇਸ਼ਨ ਹੋ ਗਿਆ ਅਤੇ ਟੈਸਟ ਵਗੈਰਾ ਓਪਰੇਸ਼ਨ ਸਭ ਤੋਂ ਫ੍ਰੀ ਹੋਇਆ ਜੀ। ਇੱਥੇ ਮੇਰਾ ਬਹੁਤ ਵਧੀਆ ਓਪਰੇਸ਼ਨ ਕੀਤਾ ਇਹਨਾਂ, ਦਵਾਈਆਂ ਬਹੁਤ ਵਧੀਆ ਦੇ ਰਹੇ ਨੇ ਅਤੇ ਉਹਨਾਂ ਨੇ ਮੇਰੇ ਅੱਛੀ ਤਰ੍ਹਾਂ ਉਹਨਾਂ ਨੇ ਮੇਰੀ ਕੇਅਰ ਕਰੀ, ਬਹੁਤ ਵਧੀਆ, ਅੱਛਾ ਸਟਾਫ ਹੈ, ਸਭ ਕੁਛ ਅੱਛਾ, ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਉਹ ਕਰਿਆ। ਉਹਨਾਂ ਨੇ ਸਾਨੂੰ ਰਾਣਾ ਹੋਸਪਿਟਲ ਯਾਨੀ ਕਿ ਭੇਜਿਆ, ਯਾਨੀ ਕਿ ਓਪਰੇਸ਼ਨ ਕਰਵਾਉਣ ਲਈ ਮੇਰਾ ਓਪਰੇਸ਼ਨ ਫ੍ਰੀ ਕੀਤਾ ਗਿਆ ਅਤੇ ਮੇਰਾ ਇਲਾਜ ਵਧੀਆ ਹੋਇਆ। ਰਾਣਾ ਹਸਪਤਾਲ ਨੇ ਫ੍ਰੀ ਮੇਰਾ ਇਲਾਜ ਕਰਕੇ ਅਤੇ ਕੰਮ ਅੱਜ ਮੇਰਾ ਓਪਰੇਟ ਹੋ ਚੁੱਕਿਆ ਔਰ ਮੈਂ ਇਸ ਓਪਰੇਟ ਤੋਂ ਸੈਟਿਸਫਾਈਡ ਹਾਂ ਔਰ ਮੈਨੂੰ ਸਾਰਾ ਕੁਛ ਫ੍ਰੀ ਅਵੇਲੇਬਲ ਹੋਇਆ ਇੱਥੋਂ, ਮੈਨੂੰ ਮੈਡੀਸਨਸ ਵੀ, ਮੇਰਾ ਓਪਰੇਸ਼ਨ ਵੀ, ਇਹਦੇ ਵਿੱਚ ਮੇਰਾ ਕੋਈ ਪੈਸਾ ਨਹੀਂ ਲੱਗਿਆ। ਜਾਂ ਪਰ ਮੇਰਾ ਟੈਸਟ ਓਪਰੇਸ਼ਨ ਉਹ ਦਵਾਈ ਪਰ ਜੋ ਸਭ ਕੁਛ ਫ੍ਰੀ ਹੋਇਆ, ਇੱਥੇ ਮੇਰਾ ਆ ਕੇ ਸਾਰਾ ਕੁਛ ਮਨ ਫ੍ਰੀ ਹੋ ਗਿਆ ਅਤੇ ਹੁਣ ਮੈਂ ਘਰ ਜਾ ਰਿਹਾ ਠੀਕ ਠਾਕ। ਤਾਂ ਮੈਂ ਇੱਥੇ ਓਪਰੇਸ਼ਨ ਮੇਰਾ ਹੋਇਆ ਜੀ, ਮੈਨੂੰ ਬਿਲਕੁਲ ਮੇਰਾ ਓਪਰੇਸ਼ਨ ਫ੍ਰੀ ਹੋਇਆ ਜੀ ਅਤੇ ਮੈਨੂੰ ਦਵਾਈਆਂ ਵੀ ਫ੍ਰੀ ਮਿਲੀਆਂ ਨੇ। ਜਿਹੜਾ ਕਿ ਬਿਲਕੁਲ ਫ੍ਰੀ ਹੋਇਆ ਦਵਾਈਆਂ ਅਤੇ ਓਪਰੇਸ਼ਨ ਫ੍ਰੀ ਫ੍ਰੀ ਅਤੇ ਮੇਰਾ ਰਾਣਾ ਹੋਸਪਿਟਲ 'ਚ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਹੋਇਆ ਅਤੇ ਅੱਜ ਮੈਂ ਬਿਲਕੁਲ ਠੀਕ ਹੈ ਅਤੇ ਓਪਰੇਸ਼ਨ ਬਿਲਕੁਲ ਫ੍ਰੀ, ਮੈਡੀਕਲ ਵਗੈਰਾ ਸਾਰਾ ਫ੍ਰੀ। ਮੈਂ ਜੀ ਰਾਣਾ ਹਸਪਤਾਲ 'ਚ ਆਈ, ਮੇਰਾ ਸਾਰਾ ਕੁਛ ਫ੍ਰੀ ਹੋਇਆ, ਓਪਰੇਸ਼ਨ ਵਧੀਆ ਹੋ ਗਿਆ, ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇੱਥੇ ਜਿਹੜਾ ਕੈਂਪ ਸੀ, ਕੈਂਪ ਜਿਹੜਾ ਮੇਰਾ ਸਾਰਾ ਕੁਛ ਟੈਸਟ ਵਗੈਰਾ ਓਪਰੇਸ਼ਨ ਵਗੈਰਾ ਸਭ ਕੁਛ ਫ੍ਰੀ ਹੈ, ਦਵਾਈਆਂ ਵੀ ਫ੍ਰੀ ਹੋ ਗਈਆਂ। ਓਪਰੇਸ਼ਨ ਜਿਵੇਂ ਰਾਣਾ ਹਸਪਿਟਲ ਭੇਜਿਆ, ਯਹਾਂ ਮੇਰੀ ਦਵਾਈਆਂ ਓਪਰੇਸ਼ਨ ਸਾਰਾ ਫ੍ਰੀ ਹੋ ਗਿਆ। ਔਰ ਮੇਰਾ ਓਪਰੇਸ਼ਨ ਹੋਇਆ ਜੀ, ਓਪਰੇਸ਼ਨ ਬਹੁਤ ਵਧੀਆ ਹੋਇਆ ਜੀ ਅਤੇ ਇਸ ਟਾਈਮ ਮੈਂ ਠੀਕ ਠਾਕ ਹਾਂ ਜੀ। ਮੇਰਾ ਪੱਥਰੀ ਦਾ ਓਪਰੇਸ਼ਨ ਹੋਇਆ ਰਾਣਾ ਹਸਪਿਟਲ, ਫ੍ਰੀ ਹੋਇਆ। ਅਤੇ ਮੇਰਾ ਪਿੱਤੇ ਦੇ ਪੱਥਰੀ ਦਾ ਓਪਰੇਸ਼ਨ ਹੋਇਆ ਹੈ, ਫ੍ਰੀ ਹੋਇਆ ਹੈ ਓਪਰੇਸ਼ਨ ਮੇਰਾ ਜੀ, ਫ੍ਰੀ ਹੋਇਆ। ਕੈਂਪ ਰਾਹੀਂ ਰਾਣਾ ਹਸਪਿਟਲ ਦੇ ਵਿੱਚ ਫ੍ਰੀ ਓਪਰੇਸ਼ਨ ਕਰਾਇਆ। ਰਾਣੇ ਹਸਪਤਾਲ 'ਚ ਸਰਾਂ ਤਾਂ ਫਤਿਹਗੜ੍ਹ ਸਾਹਿਬ ਹੈ, ਬਹੁਤ ਵਧੀਆ ਹਸਪਤਾਲ ਜਿੱਥੇ ਇਲਾਜ ਬਹੁਤ ਵਧੀਆ ਹੋਇਆ। ਕੈਂਪ ਰਾਹੀਂ ਬਿਲਕੁਲ ਫ੍ਰੀ ਕਰਾਇਆ ਜੀ। ਬੱਚੇਦਾਨੀ ਦਾ ਓਪਰੇਸ਼ਨ ਹੋਇਆ ਬਿਲਕੁਲ ਫ੍ਰੀ ਕੈਂਪ ਦੁਆਰਾ। ਮੇਰਾ ਬੱਚੇਦਾਨੀ ਅਤੇ ਰਸੌਲੀਆਂ ਦਾ ਓਪਰੇਸ਼ਨ ਰਾਣਾ ਹੋਸਪਿਟਲ 'ਚ ਫ੍ਰੀ ਹੋਇਆ ਜੀ। ਕੈਂਪ ਕੇ ਦੁਆਰਾ ਮੇਰਾ ਪਿੱਤ ਕੇ ਪੱਤੇ ਕੇ ਓਪਰੇਸ਼ਨ ਹੋਇਆ ਹੈ, ਮੇਰਾ ਕੈਂਪ ਰਾਹੀਂ ਓਪਰੇਸ਼ਨ ਫ੍ਰੀ ਹੋਇਆ। ਮੈਂ ਆਪਣਾ ਬਾਬਾ ਸਿੰਘ ਦਾ ਓਪਰੇਸ਼ਨ ਰਾਣਾ ਹੋਸਪਿਟਲ 'ਚ ਕਰਵਾਇਆ ਹੈ ਔਰ ਇਹ ਸਾਰੇ ਓਪਰੇਸ਼ਨ ਮੇਰਾ ਬਿਲਕੁਲ ਫ੍ਰੀ ਹੋਇਆ ਹੈ।
राणा हस्पताल बिल्कुल फ्री कराया है। राणा हस्पताल फ्री इलाज कराया।